ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਜ਼ਾਰਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ 6 ਮਹੀਨੇ ਦਾ ਸਮਾਂ ਬੀਤ ਜਾਣ ਮਗਰੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਵਾਲੇ ਦਿਨ ਨੂੰ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਵਿਰੋਧ ਦਿਵਸ ਵਜੋਂ ਮਨਾਉਣ ਦੇ ਦਿੱਤੇ ਗਏ ਸੱਦੇ ਤੇ ਗੁਰਾਇਆ ਮੇਨ ਚੌਕ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਹੱਥਾਂ ਵਿੱਚ ਕਾਲੇ ਝੰਡੇ ਫੜ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਵੱਖ ਵੱਖ ਬਾਜ਼ਾਰਾਂ ਤੇ ਕਿਸਾਨੀ ਸੰਘਰਸ਼ ਨੂੰ 6 ਮਹੀਨੇ ਪੂਰੇ ਹੋ ਗਏ ਹਨ, ਪਰ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਅਜੇ ਵੀ ਅਹੰਕਾਰ ਦੀ ਕੂਕ ਨੀਂਦ ਸੁੱਤੀ ਪਈ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਜਿਗਰੇ ਚੱਟਾਨ ਵਾਂਗ ਮਜ਼ਬੂਤ ਹਨ, ਜਿੰਨਾ ਚਿਰ ਕੇਂਦਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਅੱਜ ਵੀ ਉੱਥੇ ਹੀ ਆ ਤੇ ਉਹਨਾਂ ਕੋਲ ਸਾਰੇ ਸੱਜਣ ਮੇਰੇ ਆਏ ਆ ਤੇ ਸੰਯੁਕਤ ਮੋਰਚੇ ਸੱਜਣਾਂ ਦਾ ਧੰਨਵਾਦ ਆ। ਗੱਲਾਂ ਉਹੀ ਆ ਵੀ ਆਪਣੇ ਆਪਾਂ ਪਹਿਲਾਂ ਠੰਡ ਵੀ ਦੇਖ ਲਈ, ਫਿਰ ਗਰਮੀ ਵੀ ਦੇਖ ਲਈ, ਉੱਥੇ ਹੁਣ ਉੱਥੇ ਮੀਂਹ ਵੀ ਦੇਖ ਲਿਆ, ਝੱਖੜ ਵੀ ਦੇਖ ਲਿਆ। ਜਿਹੜੇ ਰੁੱਤਾਂ ਤਿੰਨ ਰੁੱਤਾਂ ਆ ਰਹੀਆਂ ਆਪਾਂ ਤੇ ਲੱਗਦਾ ਹੈ ਵੀ ਧਾਰਾਂ ਵੀ ਜ਼ਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ। ਮੋਦੀ ਨੂੰ ਹਾਂਜੀ ਜਿੱਦਾਂ ਕਿ ਪਤਾ ਆਪਾਂ ਨੂੰ ਸੰਯੁਕਤ ਮੋਰਚੇ ਦੀ ਕਾਲ ਸੀ 26 ਮਈ ਨੂੰ, ਕਿਉਂਕਿ ਕਾਲਾ ਦਿਵਸ ਮਨਾਉਣ ਦੀ ਉਹਦੇ ਲੜੀ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਸੰਯੁਕਤ ਮੋਰਚੇ ਦੀਆਂ ਉਹਨਾਂ ਸਾਰਿਆਂ ਨੇ ਗੁਰਾਇਆਂ ਦੇ ਮੇਨ ਚੌਂਕ ਦੇ ਵਿੱਚ ਅੱਜ ਰੋਸ ਧਰਨਾ ਅਤੇ ਕਾਲੇ ਝੰਡੇ ਦਾ ਫਲੈਗ ਮਾਰਚ ਕੱਢਿਆ। ਸਾਨੂੰ ਸਾਰੇ ਸ਼ਹਿਰ ਦੇ ਜਿਹੜੇ ਵਪਾਰੀ ਭਰਾ ਨੇ ਦੁਕਾਨਦਾਰਾਂ ਦਾ ਸਹਿਯੋਗ ਪੂਰਾ ਮਿਲਿਆ ਅਤੇ ਹੁਣ ਅਸੀਂ ਥੋੜ੍ਹੀ ਦੇਰ ਵਿੱਚ ਜਿਹੜੇ ਮੋਦੀ ਦੀ ਕੇਂਦਰ ਦੇ ਮੋਦੀ ਸਰਕਾਰ ਦੇ ਸਾਡੇ ਪ੍ਰਾਈਮ ਮਿਨਿਸਟਰ ਦੇ ਪੁਤਲੇ ਫੂਕਾਂਗੇ ਅਤੇ ਜਿਹੜਾ ਸੰਯੁਕਤ ਮੋਰਚਾ ਫੈਸਲਾ ਉਹਨੂੰ 3 ਮਿੰਟ ਅੱਜ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਪਰ ਸਾਰੀਆਂ ਪਾਰਟੀਆਂ ਸਾਰੇ ਜਿਹੜੇ ਜਥੇਬੰਦੀਆਂ ਦੇ ਵੱਲੋਂ ਮੋਦੀ ਦਾ ਪੁਤਲਾ ਜਿਹੜਾ ਫੂਕਿਆ ਜਾ ਰਿਹਾ। ਬੜੀ ਅੱਜ ਬਦਕਿਸਮਤੀ ਦੀ ਗੱਲ ਆ ਵੀ ਜਿਹੜੀ ਮੋਦੀ ਦੀ ਸਰਕਾਰ ਆ ਉਹ ਕੁੰਭਕਰਨ ਦੀ ਨੀਂਦ ਸੁੱਤੀ ਪਈ ਆ ਅਤੇ ਉਹਦੇ ਇਸ ਹੰਕਾਰ ਨੂੰ ਤੋੜਨ ਦੇ ਲਈ ਅੱਜ ਸਾਰਾ ਹੀ ਜਿਹੜਾ ਲੋਕ ਆ ਜਿਹੜੇ ਉਹ ਇਕੱਠੇ ਹੋ ਕੇ ਉਪਰਾਲਾ ਕਰ ਰਹੇ ਆ। ਸੋ ਦੱਸਣਾ ਚਾਹੁੰਦਾ ਕਿ ਇਹ ਲੜਾਈ ਸਾਡੀਆਂ ਫਸਲਾਂ ਦੀ ਨਹੀਂ, ਕੇਵਲ ਸਾਡੇ ਅਣਖ ਸਾਡੇ ਨਸਲਾਂ ਦੀ ਆ ਅਤੇ ਇਹਦੇ ਲਈ ਕੋਈ ਵੀ ਕੁਰਬਾਨੀ ਦੇਣੀ ਪਵੇਗੀ ਤਾਂ ਲੋਕ ਕਦੀ ਵੀ ਪੰਜਾਬ ਦੇ ਪਿੱਛੇ ਨਹੀਂ ਹਟਣਗੇ ਅਤੇ ਹਜੇ ਵੀ ਮੋਦੀ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਕਿਸਾਨਾਂ ਦੀ ਜਿਹੜੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਅਤੇ ਜਿਹੜੇ ਕਾਨੂੰਨ ਨੇ ਰੱਦ ਕਰ ਦੇਣੇ।